ਸੰਗਤ ਜੀ ਬਹੁਤ ਜ਼ਰੂਰੀ ਅਤੇ ਸੁਨੇਹਾ ਹੈ ਜੋ ਲੋਕ ਪੈਸਿਆਂ ਪਿੱਛੇ ਲਗਾਤਾਰ ਭੱਜਦੇ ਹੈ। SHSD ਕੇਅਰ ਸੈਂਟਰ ਖੜ੍ਹੇ ਹਾਂ ਔਰ ਲਗਾਤਾਰ ਉੱਥੇ ਅਸੀਂ ਦੇਖਦੇ ਹਾਂ ਧਨਾੜਾਂ ਦੀ ਡੈਥ ਹੁੰਦੀ ਹੋਈ, ਇਕੱਲੇ ਮਰਦ ਇਕੱਲੇ ਜਾਂਦੇ ਆ, ਪਿੱਛੇ ਰੋਣ ਵਾਲਾ ਕੋਈ ਨਹੀਂ ਹੁੰਦਾ, ਇਕੱਲੇ ਪਏ ਹੁੰਦੇ ਆ। ਇੱਕ ਹੋਰ NRI ਦੀ ਡੈਥ ਹੋ ਰੱਖੀ ਹੈ, ਮੁੰਡਾ ਕੈਨੇਡਾ ਹੈ ਔਰ ਕੁੜੀ ਮੇਰੇ ਖਿਆਲ ਨਾਲ ਆਸਟ੍ਰੇਲੀਆ ਹੈ ਔਰ ਬਾਕੀ ਪਰਿਵਾਰ ਅਮੈਰੀਕਾ ਹੈ ਜਿੰਨੀ ਕਿ ਮੈਨੂੰ ਜਾਣਕਾਰੀ ਹੈ। ਕਿੰਨੇ ਮਹੀਨਿਆਂ ਤੋਂ ਇਕੱਲਾ ਘਿਸੜਦਾ 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 ਮਰਿਆ ਹੈ। ਇਹ ਉਹ ਬੰਦਾ ਹੈ ਜੋ ਕਿ ਚੰਡੀਗੜ੍ਹ ਦੇ ਰੀਨੋਨਡ ਬਿਜ਼ਨਸਮੈਨ ਨਾਲ ਬੈਠਦਾ ਸੀਗਾ, ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਵਿੱਚ PWD 'ਚ ਲੱਖਾਂ ਦੇ ਮੋਟੇ ਲੱਖਾਂ ਦੇ ਠੇਕੇ ਚੱਕਦਾ ਸੀਗਾ, ਮੋਟੇ ਲੈਵਲ ਦਾ ਠੇਕੇਦਾਰ ਸੀਗਾ, ਬੜੀ ਲੈਵਿਸ਼ ਜ਼ਿੰਦਗੀ ਜੀ ਹੈ। ਲੇਕਿਨ ਜੋ ਜ਼ਿੰਦਗੀ ਦਾ ਅੰਤ ਹੈ ਪਿਛਲੇ ਕਈ ਸਾਲਾਂ ਤੋਂ ਕਈ ਮਹੀਨਿਆਂ ਤੋਂ ਸਾਡੇ ਕੋਲ, ਬੜਾ ਦਰਦਨਾਕ, ਬਹੁਤ ਘਿਸੜ ਘਿਸੜ ਕੇ ਇੰਨਾ ਸਾਈਕੋਲੋਜੀਕਲੀ ਅੰਤਹੀਨ ਆਈਸੋਲੇਸ਼ਨ 'ਚ, ਇਕੱਲੇਪਨ 'ਚ, ਕੋਈ ਪੁੱਛਣ ਵਾਲਾ ਨਹੀਂ। ਮੁੰਡੇ ਨੂੰ ਵੀ ਪਤਾ ਹੈ ਲੇਕਿਨ ਕਿਸੇ ਕੋਲ ਟਾਈਮ ਨਹੀਂ ਹੈਗਾ, ਕਿਆ ਕਰੋਂਗੇ ਇੱਦਾਂ ਦੇ ਪੈਸੇ ਦਾ। ਅਸੀਂ ਲਗਾਤਾਰ ਦੇਖਦੇ ਹਾਂ ਪੈਸੇ ਦੇ ਪਿੱਛੇ ਧਨਾੜਾਂ ਨੂੰ ਇਕੱਲੇ ਮਰਦੇ ਹੋਏ। ਇੱਕ ਉਹ ਮਾਤਾ ਗਈ ਸੀ ਪਹਿਲਾਂ, ਕਿਲੋਆਂ ਦੇ ਹਿਸਾਬ ਨਾਲ ਸੋਨਾ ਉਹਦੇ ਕੋਲ ਸੀਗਾ, ਬੜੇ ਬੜੇ ਕੈਬਨਿਟ ਰੈਂਕ ਦੇ ਮੰਤਰੀ ਉਹਦੇ ਘਰ ਖਾਣ ਆਉਂਦੇ ਸੀਗੇ, ਉਹ ਅਭਿਸ਼ੇਕ ਹੁਣੀ ਗਏ ਸੀਗੇ ਕੈਪਟਨ ਅਮਰਿੰਦਰ ਤੋਂ ਲੈ ਕੇ ਚੌਟਾਲੇ ਤੱਕ ਉਹਦੇ ਘਰ ਚਾਹ ਪੀਣ ਆਉਂਦੇ ਸੀਗੇ। ਅਤੇ ਚੰਡੀਗੜ੍ਹ ਦੇ ਨਾਮੀ ਜੋ ਜਵੈਲਰ ਹੁੰਦੇ ਸੀਗੇ ਉਹਦੀ ਮੰਮੀ ਦੇ ਕਲਾਇੰਟ ਹੁੰਦੇ ਸੀਗੇ, ਤਗੜੇ ਜਵੈਲਰਸ। ਇੱਕ ਹੋਰ ਪੈਸੇ ਵਾਲਾ ਪਿਆ, ਪੈਸੇ ਨੂੰ ਇੰਨੀ ਪ੍ਰਾਇਓਰਟੀ ਕਿੱਥੇ ਦੇ ਕਿਉਂ ਦਿੰਦੇ ਹਾਂ ਆਪਾਂ? ਜ਼ਿੰਦਗੀ 'ਚ ਰਿਸ਼ਤਿਆਂ ਦੀ ਅਹਿਮੀਅਤ ਸਮਝੀਏ, ਬਹੁਤ ਜ਼ਰੂਰੀ ਹੈ। ਮੋਰਲ ਔਰ ਐਥੀਕਲ ਵੈਲਿਊਸ ਦੀਆਂ ਕੱਦੀਆਂ ਗਾਇਬ ਹੋ ਚੁੱਕੀਆਂ। ਧਰਮ ਦੀ ਗੱਲ ਕਿਆ ਕਰੀਏ ਹੁਣ, ਹੈ ਨਾ? ਧਰਮ ਵੀ ਇੱਕ ਦਿਖਾਵੇ ਦਾ ਪਾਤਰ ਬਣ ਕੇ ਰਹਿ ਗਿਆ ਸਾਡੇ ਸਾਰਿਆਂ ਦੀ, ਹੈ ਨਾ? ਜੇ ਅਸੀਂ ਧਾਰਮਿਕ ਹੁੰਦੇ, ਹੈ ਨਾ, ਤਾਂ ਅਸੀਂ ਜੋ ਸਮਾਜ ਦਾ ਘਾਣ ਹੁੰਦਾ ਲਗਾਤਾਰ ਪਿਛਲੇ 10 ਸਾਲਾਂ ਤੋਂ ਦੇਖਿਆ ਨਾ, ਉਹ ਨਾ ਹੁੰਦਾ। ਅਸੀਂ ਬੜੇ ਬਹੁਤ ਨਜ਼ਦੀਕ ਤੋਂ ਦੇਖਦੇ ਹਾਂ ਮਾਵਾਂ ਨੂੰ ਬੱਚੇ ਛੱਡਦੇ ਹੋਏ, ਬੱਚੇ ਮਾਂ ਬਾਪ ਨੂੰ ਲੱਤਾਂ ਮਾਰਦੇ ਹੋਏ। ਅਸੀਂ ਬਹੁਤ ਨਜ਼ਦੀਕ ਤੋਂ ਇਹ ਚੀਜ਼ ਬਹੁਤ ਬੁਰੀ ਤਰ੍ਹਾਂ ਵੱਧਦੀ ਹੋਈ ਦੇਖਦੇ ਹਾਂ। ਅਸੀਂ ਦੇਖਦੇ ਹਾਂ ਪੰਜਾਬ ਦੀ, ਆਪਾਂ ਜੇ ਗੱਲ ਕਰੀਏ, ਜੋ ਗਲੋਬਲਾਈਜੇਸ਼ਨ ਦੇ ਦੌਰ ਦੇ ਵਿੱਚ ਪ੍ਰਵਾਸੀ ਮਜ਼ਦੂਰ ਇੱਥੇ ਇੰਨਾ ਜ਼ਿਆਦਾ ਨਾ, ਜੋ ਆਪਾਂ ਪੱਗਾਂ ਵਾਲੇ ਬਜ਼ੁਰਗ ਦੇਖ ਰਹੇ ਨਾ, 10 ਤੋਂ 15 ਸਾਲ ਖੜ੍ਹੋ, ਤੁਹਾਨੂੰ ਇਹ ਪੱਗਾਂ ਵਾਲੇ ਬਜ਼ੁਰਗ ਨਹੀਂ ਦਿਖਣੇ, ਪਿੰਡਾਂ ਪਿੰਡਾਂ 'ਚ ਤੁਸੀਂ ਲੱਭਿਆ ਕਰੋਗੇ ਕਿ ਬਜ਼ੁਰਗ ਕਿੱਥੇ ਨੇ। ਬੰਦੇ ਯੰਗ ਬਲੱਡ ਤਾਂ ਬਾਹਰ ਜਾਈ ਜਾਂਦਾ ਹੈ। 15 ਸਾਲ ਬਾਅਦ ਪੰਜਾਬ ਦਾ ਹਾਲ ਬੜਾ ਖਰਾਬ ਆਉਣ ਵਾਲਾ ਹੈ। ਬਹੁਤ ਵੱਡੇ ਪੈਮਾਨੇ 'ਤੇ ਖੁੱਲ੍ਹਣ ਵਾਲੇ ਨੇ ਓਲਡ ਏਜ ਹੋਮ। ਪੈਸਾ ਹੋਏਗਾ, ਇਹ ਇਨਸਾਨੀਅਤ ਦਾ ਉਹ ਦੌਰ ਹੈ ਜਿੱਥੇ ਪੈਸਾ ਬਹੁਤ ਆ ਲੋਕਾਂ ਕੋਲ, ਟਾਈਮ ਕਿਸੇ ਕੋਲ ਨਹੀਂ ਹੈ। ਅਗਲਾ ਕਹਿੰਦਾ 5 ਦੀ ਜਗ੍ਹਾ 10,000 ਰੁਪਏ ਲੈ ਤੂੰ, ਟਾਈਮ ਨਹੀਂ ਮੈਂ ਦਊਂਗਾ। ਵਿਚਾਰ ਠੀਕ ਲੱਗਦੇ ਆ, ਲੱਗਦਾ ਕਿਸੇ ਨਾਲ ਸਾਂਝਾ ਕਰਨਾ ਵਰਥ ਹੈ ਤਾਂ ਜ਼ਰੂਰ ਕਰਿਓ ਸਾਂਝੇ, ਹੈ ਨਾ? ਆਪਾਂ ਇਹ ਇੱਕ ਹੋਰ ਕੱਲ੍ਹ ਸਵੇਰੇ ਸੰਸਕਾਰ ਕਰਨ ਜਾਵਾਂਗੇ। ਆਪਣੇ ਨੇ ਤਾਂ ਕਹਿਤਾ ਕਿ ਸਤਿ ਸ਼੍ਰੀ ਅਕਾਲ ਹੈ, ਪਏ ਹਾਂ, ਕੱਲ੍ਹ ਸਵੇਰੇ ਸੰਸਕਾਰ ਕਰਾਂਗੇ। ਇਹ ਜ਼ਿੰਦਗੀ ਦਾ ਸਰਕਲ ਹੈ, ਦੇਖੋ।